ਬਹੁਤ ਬਹੁਤ ਧੰਨਵਾਦ ਪਾਰਟੀ ਦਾ ਜਿਨ੍ਹਾਂ ਨੇ ਸਾਨੂੰ ਨਵਾਜਿਆ, ਟਿਕਟ ਦਿੱਤੀ ਹੈ, ਉਹਨਾਂ ਨੇ ਸਾਡੀ ਸੇਵਾ ਦੇਖ ਕੇ ਸਾਡੀ ਝੋਲ 'ਚ ਟਿਕਟ ਪਾਈ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਬੈਸਟ ਹਲਕੇ ਦੇ ਮੁੱਦੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਨਸ਼ਿਆਂ ਦਾ ਜੋ ਕੰਮ ਹੈ ਉਹ ਖਤਮ ਕਰਾਂਗੇ, ਪਾਣੀ ਦਾ, ਬਿਜਲੀ ਦਾ, ਸਾਰਾ ਖਤਮ ਕਰਾਂਗੇ। ਬੈਸਟ ਹਲਕੇ ਦੇ ਪਾਣੀ ਦੀ ਸਮੱਸਿਆ ਔਰ ਸੀਵਰੇਜ ਦੀ ਸਮੱਸਿਆ ਬਹੁਤ ਆ ਰਹੀ ਹੈ, ਹਾਂਜੀ ਉਹ ਹੱਲ ਕਰਾਂਗੇ, ਜੋ ਵੀ ਸਾਨੂੰ ਸੇਵਾ ਲਾਣਗੇ ਅਸੀਂ ਪੂਰੀ ਕਰਾਂਗੇ। ਲਾਈਟ ਦੀ ਸਮੱਸਿਆ ਬਹੁਤ ਆ ਰਹੀ ਹੈ ਬਸਤੀਆਂ ਦੇ ਵਿੱਚ, ਕੈਂਪ ਦੇ ਵਿੱਚ, ਹਾਂਜੀ ਸਾਰੀ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹ ਮਹਿਸੂਸ ਕਰਦਾ ਕਿ ਪਾਰਟੀ ਦਾ ਜਿਹੜਾ ਵਰਕਰ ਹੋਵੇ, ਜਿਹਨੇ ਲੰਬਾ ਸਮਾਂ ਸੇਵਾ ਕੀਤੀ ਹੋਵੇ, ਜਿਹੜਾ ਕੁਰਬਾਨੀਆਂ ਦੇ ਨਾਲ ਜੁੜਿਆ ਹੋਵੇ, ਜਿਹਨੇ ਲੋਕਾਂ ਵਿੱਚ ਵਿਚਰ ਕੇ ਆਮ ਲੋਕਾਂ ਵਿੱਚ ਆਪਣੀ ਥਾਂ ਬਣਾਈ ਹੋਵੇ, ਅਤੇ ਮਿਹਨਤੀ ਹੋਵੇ, ਡੈਡੀਕੇਟਡ ਹੋਵੇ, ਸ਼ਿੱਦਤ ਨਾਲ ਪਾਰਟੀ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਵੇ, ਉਹਨੂੰ ਮੌਕਾ ਦੇਣਾ ਚਾਹੀਦਾ। ਮੇਰਾ ਖਿਆਲ ਹੈ ਕਿ ਅਸੀਂ ਚਾਰ ਸਾਡੀ ਜੇ ਡਿਊਟੀ ਲੱਗੀ ਸੀ, ਡਾਕਟਰ ਸੁੱਖੀ ਸਾਹਿਬ, ਸਰਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ, ਕੇ ਪੀ ਸਾਹਿਬ ਅਤੇ ਬਾਕੀ ਸਾਰੀ ਜ਼ਿਲ੍ਹੇ ਦੀ ਜਥੇਬੰਦੀ, ਅਸੀਂ ਸਾਰਿਆਂ ਨੇ 3 ਦਿਨ ਲਗਾਤਾਰ ਮੀਟਿੰਗਾਂ ਵੀ ਕੀਤੀਆਂ, ਅਰਜ਼ੀਆਂ ਲਈਆਂ ਔਰ ਪੂਰੀ ਭੋਖ ਪੜਤਾਲ ਕੀਤੀ ਔਰ ਇੰਟਰਵਿਊਜ਼ ਕੀਤੀ। ਅਸੀਂ ਇਹ ਨਹੀਂ ਵੇਖਿਆ ਕਿ ਕੋਈ ਵੱਡਾ ਅਮੀਰ ਹੋਵੇ, ਕੋਈ ਪੈਸੇ ਵਾਲਾ ਹੋਵੇ, ਕੋਈ ਬਹੁਤ ਵੱਡਾ ਦਿੱਗਜ਼ ਹੋਵੇ, ਅਸੀਂ ਵੀ ਲਿਆ ਸਕਦੇ ਸੀ। ਸਾਡੇ ਕੋਲ ਵੀ ਹੁਣੇ ਕੇ ਪੀ ਸਾਹਿਬ ਚੋਣ ਲੜ ਕੇ ਹਟੇ ਹੈ, ਸੁੱਖੀ ਸਾਹਿਬ ਸਾਡੇ ਕੋਲ ਸੀਗੇ, ਵੱਡੇ ਹੋਰ ਵੀ ਸਾਡੇ ਸੀਨੀਅਰ ਲੀਡਰ ਹੈਗੇ ਆ, ਪਰ ਅਸੀਂ ਇਹ ਸੋਚਿਆ ਕਿ ਅਸੀਂ ਭਾਰਤ ਦੇ ਵਿੱਚੋਂ ਬੈਸਟ ਵਿੱਚੋਂ ਅੰਦਰੋਂ ਅਸੀਂ ਕੈਂਡੀਡੇਟ ਲੈਣਾ। ਇਹ ਪਹਿਲੀ ਵਾਰ ਹੈ ਕਿ ਚੋਣ ਜਿਹੜਾ ਹੈ ਬਾਈ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੋਣ ਲੜਦੇ ਆ, ਕਿਉਂਕਿ ਇਹ ਸਦਾ ਬੀਜੇਪੀ ਦੀ ਚੋਣ ਰਹੀ ਰਹੀ ਹੈ ਸੀਟ, ਅਸੀਂ ਪਹਿਲੀ ਵਾਰੀ ਇੱਥੇ ਤੁਰੇ ਹਾਂ। ਅਤੇ ਮੈਂ ਬੇਨਤੀ ਕਰਾਂਗੀ ਸਾਰਿਆਂ ਨੂੰ ਕਿ ਭਾਰਤੀ ਜਨਤਾ ਪਾਰਟੀ ਨਾਲ ਜਿੱਥੇ ਅਸੀਂ ਪਹਿਲਾਂ ਬਹੁਤ ਸੇਵਾ ਕਰਦੇ ਰਹੇ ਹਾਂ, ਅੱਜ ਅਸੀਂ ਇਕੱਲੇ ਤੌਰ ਦੇ ਉੱਤੇ ਆਪਣਾ ਉਮੀਦਵਾਰ ਉਤਾਰਿਆ, ਬੀਬੀ ਸੁਰਜੀਤ ਕੌਰ ਜੀ, ਜਿਹੜੀਆਂ ਸੇਵਾਵਾਂ ਦੇਖੀਆਂ, ਉਹ 2 ਵਾਰ ਆਪ ਕੌਂਸਲਰ ਰਹੇ, ਭਾਵੇਂ ਇੱਕ ਘਰੇਲੂ ਔਰਤ ਹੈ ਪਰ ਉਹਦੀ ਪਾਰਟੀ ਪ੍ਰਤੀ ਵਫ਼ਾਦਾਰੀ ਔਰ ਪਾਰਟੀ ਨਾਲ ਜਿੰਨੀ ਉਹਨੇ ਹਮੇਸ਼ਾ ਘਰ ਘਰ ਵਿੱਚ ਜਾ ਕੇ ਸਮਾਜ ਦੀ ਸੇਵਾ ਕੀਤੀ ਹੈ। ਉਹਨਾਂ ਦੇ ਪਤੀ ਸਰਦਾਰ ਪ੍ਰੀਤਮ ਸਿੰਘ ਜੀ ਸਵਰਗਵਾਸੀ, ਉਹ ਵੀ ਕੌਂਸਲਰ ਰਹੇ, ਅਤੇ ਉਹਨਾਂ ਦੀ ਥਾਂ ਹੈ, ਨਾਂ ਹੈ ਮਿੱਠੂ ਬਸਤੀ ਦੇ ਵਿੱਚ, ਅਤੇ ਉੱਥੇ ਥਾਂ ਐਸੀ ਹੈ ਕਿ ਸਾਰੇ ਲੋਕ ਇਹਨਾਂ ਨੂੰ ਜਾਣਦੇ ਆ, ਔਰ ਜਿਸ ਦਾ ਨਾਮ ਵੀ ਵੱਡਾ ਹੋਵੇ, ਨਾਮ ਵੀ ਉੱਚਾ ਹੋਵੇ, ਲੋਕਾਂ 'ਚ ਗੱਲ ਵੀ ਹੋਵੇ, ਅਸੀਂ ਸੋਚਿਆ ਕਿ ਆਮ ਲੋਕਾਂ ਦੇ ਵਿੱਚੋਂ ਜੇ ਅਸੀਂ ਕੈਂਡੀਡੇਟ ਉਤਾਰਾਂਗੇ ਤਾਂ ਜ਼ਰੂਰ ਕਿਰਪਾ ਹੋਏਗੀ ਕਿ ਲੋਕ ਜਿਹੜੇ ਆ ਪ੍ਰਵਾਨ ਕਰਨਗੇ। ਤੁਸੀਂ ਕਿੰਨਾ ਕੁ ਸੋਚਦੇ ਹੋ ਕਿ ਕਿੰਨੇ ਕੁ ਲੀਡ ਦੇ ਨਾਲ ਜਿੱਤਣਗੇ? ਅਤੇ ਮੇਨ ਇੱਕ ਸਵਾਲ ਜ਼ਰੂਰ ਉੱਠਦਾ ਹੈਗਾ ਕਿ ਐਡੇ ਵੱਡੇ ਲੀਡਰ ਜਿਨ੍ਹਾਂ ਕੋਲ ਪੈਸਾ ਹੈ ਅਤੇ ਪਾਵਰ ਵੀ ਹੈ, ਉਹਨਾਂ ਦੇ ਅੱਗੇ ਇਹ ਕਿਵੇਂ ਟਿਕਣਗੇ? ਇਸ ਦਾ ਅਸੀਂ ਨਾ ਪੈਸੇ ਦੀ ਗੱਲ ਸੋਚੀ ਹੈ, ਨਾ ਅਸੀਂ ਪਾਵਰ ਦੀ ਸੋਚੀ ਹੈ, ਨਾ ਅਸੀਂ ਕੋਈ ਲੋਕਾਂ ਕੋਲ ਤਸ਼ੱਦਦ ਕਰਕੇ ਵੋਟ ਲੈਣੀ ਹੈ, ਨਾ ਅਸੀਂ ਕੋਈ ਵੋਟ ਪੈਸਾ ਦੇ ਕੇ ਲੈਣੀ ਹੈ, ਨਾ ਅਸੀਂ ਕੋਈ ਨਸ਼ੇ ਦੀ ਵਰਤੋਂ ਕਰਕੇ ਲੈਣੀ। ਅਸੀਂ ਤਾਂ ਰਿਕੁਐਸਟ ਕਰਾਂਗੇ, ਪਾਰਟੀ ਦਾ ਇਤਿਹਾਸ ਦੱਸਾਂਗੇ, ਪਾਰਟੀ ਵੱਲੋਂ ਪਿਛਲੀਆਂ ਸਰਕਾਰਾਂ 'ਚ ਕੀਤੇ ਕੰਮ ਦੱਸਾਂਗੇ,